ਤੁਸੀਂ ਵੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਫਿਰੋਜ਼ਪੁਰ ਤੋਂ ਪਿੰਡ ਸ਼ੰਗਾ ਖੁਰਦ ਮੰਬਧੋਟ ਇਲਾਕੇ ਦੇ ਵਿੱਚ। ਦੋਸਤੋ ਅੱਜ ਇੱਥੇ ਬਹੁਤ ਵੱਡੀ ਖਬਰ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਜਿੱਥੇ ਕਿ ਇੱਕ ਆਪਣੀ ਦੁਨੀਆ ਪਾਰਟੀ ਪੰਜਾਬ ਦੇ ਕਨਵੀਨਰ ਸਾਡੇ ਕੋਲ ਪਹੁੰਚੇ ਨੇ ਆਗੂ ਜੋ ਲੋਕਾਂ ਨੂੰ ਸੰਬੋਧਨ ਕੀਤਾ ਗੱਲਬਾਤ ਕੀਤੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਤਿ ਸ੍ਰੀ ਅਕਾਲ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਜੀ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਾਡੀ ਜਿਹੜੀ ਹਾਜ਼ਰੀ ਪ੍ਰਵਾਨ ਕਰਨ ਦੇ ਲਈ। ਇਹਨਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ। ਸਰ ਜੀ ਤੁਹਾਡਾ ਨਾਮ ਕੀ ਹੈ ਤੇ ਕਿਹੜੇ ਜਗ੍ਹਾ ਤੋਂ ਬਿਲੋਂਗ ਕਰਦੇ ਹੋ? ਮੇਰਾ ਨਾਮ ਜੀ ਚਰਨਦਾਸ ਲਾਲੀ ਉਰਫ ਭਗਤ ਸਿੰਘ ਲਾਲੀ ਹੈ। ਪਿੰਡ ਜੀਵਾਂ ਰਹੀ ਹੈ ਮੇਰਾ, ਬਲਾਕ ਗਰੂਰ ਸਾਹੇ ਔਰ ਤਹਿਸੀਲ ਵੀ ਮੇਰੀ ਗਰੂਰ ਸਾਹੇ ਹੈ, ਜ਼ਿਲ੍ਹਾ ਫਿਰੋਜ਼ਪੁਰ ਤੋਂ ਮੈਂ ਬਿਲੋਂਗ ਕਰਦਾ ਜੀ। ਤੁਹਾਡੀ ਪਾਰਟੀ ਦਾ ਕੀ ਨਾਮ ਹੈ? ਭਗਤ ਸਿੰਘ ਰਾਜ ਦਰਬਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਅਸੀਂ ਆਪਣੀ ਦੁਨੀਆ ਪਾਰਟੀ ਦਾ ਆਗਾਜ਼ ਹੈ ਜਿਹੜਾ ਪੰਜਾਬ ਵਿੱਚ ਕੀਤਾ ਹੋਇਆ ਜੀ। ਤੇ ਵੀਰ ਜੀ ਕਿੰਨਾ ਕੁ ਸਮਾਂ ਹੋ ਗਿਆ ਪਾਰਟੀ ਦਾ ਆਗਾਜ਼ ਕੀਤੇ ਨੂੰ? ਇਹ ਜੀ ਲਗਭਗ ਪਿਛਲੇ ਸਾਲ ਡੇਢ ਸਾਲ ਤੋਂ ਹੀ ਅਸੀਂ ਜਿਹੜਾ ਆਪਣੀ ਦੁਨੀਆ ਭਗਤ ਸਿੰਘ ਰਾਜ ਦਰਬਾਰ ਦੇ ਏਜੰਡੇ ਦੇ ਹੇਠ ਜਿਹੜਾ ਇੱਕ ਪੋਲੀਟੀਕਲ ਵਿੰਗ ਤੇ 2022 ਦੇ ਵਿੱਚ ਨਵੀਂ ਪਾਰਟੀ ਜੋ ਆਈ ਹੈ ਉਹਨਾਂ ਨੇ ਵੀ ਬੜੇ ਵੱਡੇ ਵੱਡੇ ਵਾਅਦੇ ਕੀਤੇ ਸੀਗੇ ਲੇਕਿਨ ਕੁਝ ਦਿਖਾਈ ਨਹੀਂ ਦਿੱਤਾ, ਇਸ ਤੇ ਤੁਹਾਡਾ ਕੀ ਕਹਿਣਾ? ਦੇਖੋ ਜੀ ਜਿਹੜੀ ਨਵੀਂ ਸਰਕਾਰ ਆਈ ਹੈ ਮਾਣਯੋਗ ਭਗਵੰਤ ਮਾਨ ਜੀ, ਉਹਨਾਂ ਤੋਂ ਬੜੀਆਂ ਹੀ ਲੋਕਾਂ ਨੂੰ ਆਸਾਂ ਸੀਗੀਆਂ। ਜਿਵੇਂ ਉਹ ਭਗਤ ਸਿੰਘ ਹੋਰਾਂ ਦਾ ਨਾਮ ਲੈ ਕੇ ਇਹ ਗੱਲ ਕਹਿੰਦੇ ਸੀ ਕਿ ਜੇ ਮੇਰੀ ਸਰਕਾਰ ਆਈ ਲੋਕਾਂ ਨੂੰ ਧਰਨੇ ਨਹੀਂ ਲਾਉਣੇ ਪੈਣਗੇ, ਬੇਰੁਜ਼ਗਾਰਾਂ ਨੂੰ ਰੁਜ਼ਗਾਰ ਹੈ ਜਿਹੜਾ ਉਹ ਦਿੱਤਾ ਜਾਏਗਾ, ਲੋਕਾਂ ਦੀਆਂ ਮੁਸ਼ਕਲਾਂ ਨੇ ਜਿਹੜੀਆਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ, ਕੋਈ ਵੀ ਜਿਹੜਾ ਮਜ਼ਦੂਰ ਹੈ ਉਹ ਦੁਖੀ ਨਹੀਂ ਹੋਵੇਗਾ। ਸੋ ਜਿਹੜੀਆਂ ਇਹ ਬਦਲਾਓ ਦੇ ਨਾਂ ਤੇ ਤਬਦੀਲੀ ਦੇ ਨਾਂ ਤੇ ਲੋਕਾਂ ਨੇ ਦੂਜੀਆਂ ਪਾਰਟੀਆਂ ਰਵਾਇਤੀ ਪਾਰਟੀਆਂ ਤੋਂ ਤੰਗ ਹੋ ਕੇ ਉਹਨਾਂ ਨੂੰ ਵੋਟ ਪਾਈ, ਪਰ 6 ਮਹੀਨੇ ਹੋ ਗਏ ਅੱਜ ਸਰਕਾਰ ਬਣੀ ਨੂੰ। ਤੁਸੀਂ ਮੀਡੀਆ ਰਾਹੀਂ ਸੋਸ਼ਲ ਮੀਡੀਆ ਰਾਹੀਂ ਔਰ ਜਿਹੜਾ ਆਮ ਪਬਲਿਕ ਦੇ ਵਿੱਚ ਜਾ ਕੇ ਵੇਖ ਰਹੇ ਹੋ ਕਿ ਉਹ ਤਬਦੀਲੀ ਕਿੰਨੀ ਕੁ ਹੋਈ ਹੈ। ਅੱਜ ਵੀ ਲੋਕਾਂ ਨੂੰ ਦਿਹਾੜੀ ਨਹੀਂ ਮਿਲ ਰਹੀ ਹੈ, ਅੱਜ ਵੀ ਰੇਤ ਦਾ ਉਹੀ ਹਾਲ ਹੈ, ਬਜਰੀ ਦਾ ਉਹੀ ਹਾਲ ਹੈ, ਅੱਜ ਵੀ ਬੇਰੁਜ਼ਗਾਰ ਹੋਵੇ ਨੇ। ਔਰ ਸਭ ਤੋਂ ਵੱਡੀ ਬਿਮਾਰੀ ਹੈ ਜਿਹੜੀ ਸਾਡੇ ਪੰਜਾਬ ਦੇ ਵਿੱਚ ਜਿਹੜੀ ਹੈ ਉਹ ਨਸ਼ੇ ਦੀ ਬਿਮਾਰੀ ਲੱਗੀ ਹੋਈ ਹੈ। ਔਰ ਪੰਜਾਬ ਸਰਕਾਰ ਜਿਹੜੇ ਆਪਣੇ ਸੈਂਟਰ ਚਲਾ ਰਹੀ ਹੈ, ਨਸ਼ਾ ਛਡਾਊ ਕੇਂਦਰ ਚਲਾ ਰਹੀ ਹੈ, ਉਹਨਾਂ ਦੇ ਵਿੱਚ ਵੀ ਜਿਹੜਾ ਲਗਾਤਾਰ ਕਿੰਨੇ ਕੇਸ ਸਾਹਮਣੇ ਆਏ ਨੇ ਕਿ ਉੱਥੇ ਲੋਕਾਂ ਨੂੰ ਨਸ਼ਾ ਛਡਾਉਣ ਦੀ ਬਜਾਏ ਨਸ਼ੇ ਤੇ ਲਾਇਆ ਜਾ ਰਿਹਾ ਹੈ। ਤੇ ਵੀਰੀ ਜਿਹੜਾ ਵੀ ਆਗੂਕਾਰ ਮੈਂਬਰ ਆਫ ਪਾਰਲੀਮੈਂਟ ਭਾਵੇਂ MLA, ਜਿਸ ਤਰ੍ਹਾਂ ਆਪਾਂ ਸੁਖਬੀਰ ਬਾਦਲ ਦੀ ਗੱਲ ਕਰੀਏ, ਸੁਖਬੀਰ ਬਾਦਲ MP ਬਣਿਆ ਸੀ ਲੇਕਿਨ ਇਸ ਹਲਕੇ ਦੇ ਵਿੱਚ ਕਿਤੇ ਵੀ ਉਹਨੇ ਗੇੜਾ ਤੱਕ ਨਹੀਂ ਮਾਰਿਆ, ਕੀ ਕਹਿਣਾ ਤੁਹਾਡਾ? ਦੇਖੋ ਜੀ ਇਹ ਤਾਂ ਜਿਹੜੇ ਲੋਕ ਨੇ ਸਿਰਫ ਵੋਟਾਂ ਤੱਕ ਸੀਮਤ ਹੁੰਦੇ ਆ ਔਰ ਵੋਟਾਂ ਲੈਣ ਤੋਂ ਬਾਅਦ ਇਹਨਾਂ ਨੇ ਆਪਦੇ ਜਿਹੜੇ ਮੈਂ ਉਹਨਾਂ ਨੂੰ ਪੰਜਾਬੀ ਚ ਦਲਾਲ ਕਹਿਣਾ ਕਿ ਇਹਨਾਂ ਨੂੰ ਇਹ ਸਰਪੰਚ ਬਣਾਉਂਦੇ ਨੇ ਜਾਂ ਪੰਚ ਬਣਾਉਂਦੇ ਨੇ ਉਹ ਪੰਚਾਇਤਾਂ ਬਣਾਉਂਦੇ ਨੇ। ਸਾਡੇ ਸੰਵਿਧਾਨ ਦੇ ਮੁਤਾਬਕ ਕੋਈ ਵੀ ਵਿਅਕਤੀ ਹੈ ਜਿਹੜਾ ਉਹ ਆਪਣਾ ਇਲੈਕਸ਼ਨ ਪਾਰਟਿਸਪੇਟ ਜਿਹੜਾ ਕਰ ਸਕਦਾ ਹੈ, ਪਰ ਇੱਥੇ ਜਦੋਂ ਪੰਚਾਇਤੀ ਇਲੈਕਸ਼ਨ ਆਉਂਦੇ ਨੇ ਉਦੋਂ ਜਿਹੜੀਆਂ ਦੋ ਧਿਰਾਂ ਹੁੰਦੀਆਂ ਨੇ ਜਿਹੜੇ ਰਾਜ ਸੱਤਾ ਤੇ ਹੁੰਦੇ ਨੇ ਉਹਨਾਂ ਦੀ ਫਾਈਲ ਰੱਖ ਲਈ ਜਾਂਦੀ ਤੇ ਦੂਜਿਆਂ ਦੀ ਤਾਂ ਫਾਈਲ ਪਾੜ ਕੇ ਸੜ ਦਿੱਤੀ ਜਾਂਦੀ ਹੈ। ਤਾਂ ਜਿੱਥੇ ਤੁਹਾਨੂੰ ਇਲੈਕਸ਼ਨ ਲੜਨ ਦਾ ਹੀ ਅਧਿਕਾਰ ਨਹੀਂ ਹੈਗਾ ਤੇ ਉੱਥੇ ਜਿੱਤਣ ਦੀ ਤਾਂ ਬਾਅਦ ਦੀ ਗੱਲ ਹੈ ਜੀ। ਇਸ ਕਰਕੇ ਭਾਵੇਂ ਉਹ ਅਕਾਲੀ ਦਲ ਵਾਲੇ ਹੋਣ, ਭਾਵੇਂ ਉਹ ਕਾਂਗਰਸ ਵਾਲੇ ਹੋਣ, ਭਾਵੇਂ BJP ਵਾਲੇ ਹੋਣ, ਅੱਜ ਤੱਕ ਉਹਨਾਂ ਨੇ ਇਹੀ ਰਾਜਨੀਤੀ ਚਲਾਈ ਸੀ ਤੇ ਫਿਰ ਉਹ ਪਿੰਡਾਂ ਦੇ ਜਿੱਤਣ ਤੋਂ ਬਾਅਦ ਕਿਉਂ ਆਉਣਗੇ? ਤੇ ਵੀਰ ਜੀ ਨਵੀਂ ਜਿਹੜੀ ਸਰਕਾਰ ਬਣੀ ਹੈ ਪੰਜਾਬ ਦੀ, ਇਹਨਾਂ ਨੇ ਵਾਅਦੇ ਕੀਤੇ ਸੀ ਵੀ ਨਸ਼ਾ ਮੁਕਤ ਕਰਾਂਗੇ ਪੰਜਾਬ ਨੂੰ, ਲੇਕਿਨ ਨਸ਼ਾ ਮੁਕਤ ਤਾਂ ਹੋਇਆ ਨਹੀਂ ਪੰਜਾਬ ਜੀ। ਦੇਖੋ ਜੀ ਜਿੰਨੀ ਦੇਰ ਤੱਕ ਇਹ ਦਿੱਲੀ ਵਾਲਿਆਂ ਦੀ ਸੋਚ ਤੇ ਚੱਲਣਗੇ ਤਾਂ ਓਨੀ ਦੇਰ ਨਸ਼ਾ ਮੁਕਤ ਤਾਂ ਹੋਣਾ ਦੂਰ ਦੀ ਗੱਲ ਹੈ, ਇਹ ਨਸ਼ੇ ਨੂੰ ਰੋਕ ਵੀ ਨਹੀਂ ਲਗਾ ਸਕਦੇ। ਹੁਣ ਤੁਸੀਂ ਦੇਖਿਆ ਹੋਣਾ ਹੈ ਕਿ ਸਾਡੇ ਹਲਕਾ ਜਲਾਲਾਬਾਦ ਦੇ ਵਿੱਚ ਜਿਹੜੀ ਹੈ 9 ਕਰੋੜ ਦੀ ਜਿਹੜੀ ਹੀਰੋਇਨ ਨੇ ਆਮ ਆਦਮੀ ਪਾਰਟੀ ਦਾ ਜਿਹੜਾ ਬਲਾਕ ਪ੍ਰਧਾਨ ਸੀ ਮੁਖਤਿਆਰ ਮੁੱਖਾ ਉਹਦੇ ਕੋਲੋਂ ਫੜੀ ਗਈ ਹੈ। ਔਰ ਤੁਸੀਂ ਵੇਖਿਆ ਹੋਣਾ ਇਹ ਕਰਪਸ਼ਨ ਦੀ ਗੱਲ ਕਰਦੇ ਨੇ, ਨਸ਼ਾ ਮਕਾਉਣ ਦੀ ਗੱਲ ਕਰਦੇ ਨੇ। ਫੌਜਾ ਸਿੰਘ ਸਰਾਰੀ ਜਿਹੜਾ ਸਾਡਾ ਹਲਕੇ ਦਾ ਵਿਧਾਇਕ ਹੈ ਗਰੂਰ ਸਾਹਿਬ ਦਾ ਔਰ ਮੰਤਰੀ ਹੈ ਜਿਹੜਾ ਪੰਜਾਬ ਦਾ, ਉਹਦੀ ਜਿਹੜੀ ਵੀਡੀਓ ਜਿਹੜੀ ਲੀਕ ਹੋਈ ਹੈ ਉਹਦਾ ਸਪਸ਼ਟੀਕਰਨ ਹੈ ਜਿਹੜਾ ਅੱਜ ਤੱਕ ਜਿਹੜਾ ਭਗਵੰਤ ਮਾਨ ਵੱਲੋਂ ਹੋਣੀ ਕਿਹਾ ਗਿਆ ਹੈ ਕਿ ਨੋਟਿਸ ਜਾਰੀ ਕੀਤਾ ਗਿਆ ਹੈ। ਔਰ ਜੇ ਕਰਪਸ਼ਨ ਮੁਕਤ ਆਪਾਂ ਸਰਕਾਰ ਚਲਾਉਣੀ ਹੈ, ਪੰਜਾਬ ਕਰਪਸ਼ਨ ਮੁਕਤ ਬਣਾਉਣਾ ਹੈ ਤਾਂ ਫਿਰ ਇੰਨੀ ਦੇਰੀ ਕਿਉਂ ਲਾਈ ਜਾ ਰਹੀ? ਤੇ ਵੀਰ ਜੀ ਜਿਸ ਤਰ੍ਹਾਂ ਤੁਸੀਂ ਫੌਜਾ ਸਿੰਘ ਸਰਾਰੀ ਦੀ ਗੱਲ ਕੀਤੀ, ਆਡੀਓ ਵੀਡੀਓ ਜਾਰੀ ਹੋਈ ਸੀ, ਕੀ ਇਹ ਸਰਕਾਰ ਭਗਵੰਤ ਮਾਨ ਦੀ ਐਕਸ਼ਨ ਕਰੇਗੀ ਉਹਦੇ ਤੇ, ਲਵੇਗੀ ਸਟੈਪ? ਦੇਖੋ ਜੀ ਕੋਈ ਇਹਦੇ ਤੇ ਐਕਸ਼ਨ ਨਹੀਂ ਹੋਣਾ ਕਿਉਂਕਿ 2024 ਦੇ ਵਿੱਚ ਪਾਰਲੀਮੈਂਟ ਚੋਣਾਂ ਹੋ ਰਹੀਆਂ ਨੇ ਔਰ ਆਪਾਂ ਇੱਥੇ ਬਾਰਡਰ ਬੈਲਟ ਤੇ ਬੈਠੇ ਹੋਏ ਆ। ਤੁਸੀਂ ਦੇਖਿਆ ਹੋਣਾ ਹੈ ਕਿ ਇਹਨਾਂ ਨੇ ਇੱਕ ਸ਼ੋਸ਼ਾ ਛੱਡਿਆ ਸੀ ਕਿ 25 ਕਰੋੜ ਰੁਪਈਏ ਦੇ ਵਿੱਚ ਇੱਕ MLA ਖਰੀਦਿਆ ਜਾ ਰਿਹਾ, BJP ਨੇ ਇਹਨਾਂ ਨੂੰ ਆਫਰ ਦਿੱਤੀ ਹੈ। ਤਾਂ ਜੇਕਰ ਇਹ ਅੱਜ ਫੌਜਾ ਸਿੰਘ ਸਰਾਰੀ ਨੂੰ
ਆਪਦੀ ਪਾਰਟੀ ਚੋਂ ਬਾਹਰ ਕੱਢਦੇ ਹੈ ਤਾਂ ਉਹ ਤਾਂ ਦੂਜੇ ਦਿਨ ਬੀਜੇਪੀ ਚਲਾ ਜਾਊਗਾ ਔਰ ਉਹਦੇ ਬੀਜੇਪੀ ਵਿੱਚ ਜਾਣ ਤੇ ਜਿਹੜੀ ਬਾਰਡਰ ਪੱਟੀ ਬਹੁਤ ਸਾਰੇ ਲੋਕ ਜਿਹੜੇ ਰਾਜ ਸਿੱਖ ਬਰਾਦਰੀ ਨਾਲ ਸੰਬੰਧਿਤ ਨੇ ਉਹਨਾਂ ਨੇ ਆਪਣੀ ਬਰਾਦਰੀ ਦੇ ਨੁਮਾਇੰਦੇ ਫੌਜਾ ਸਿੰਘ ਸਰਾਰੀ ਨੂੰ ਵੋਟ ਪਾ ਕੇ ਜਿਤਾਇਆ ਹੈ ਔਰ ਭਗਵੰਤ ਮਾਨ ਨੂੰ ਇਸ ਗੱਲ ਦਾ ਡਰ ਹੈ ਕਿ ਜੇ ਉਹ ਫੌਜਾ ਸਿੰਘ ਸਰਾਰੀ ਨੂੰ ਬਾਹਰ ਕੱਢੇਗਾ ਉਹ ਜਿਹੜੀ ਪਾਰਟੀ ਵਿੱਚ ਵੀ ਜਾਏਗਾ ਆਪਣੀ ਰਾਜ ਸਿੱਖ ਬਰਾਦਰੀ ਦਾ ਵੋਟ ਬੈਂਕ ਜਿਹੜਾ ਉਹ ਨਾਲ ਲੈ ਕੇ ਜਾਏਗਾ। ਪਹਿਲਾਂ ਬੜੇ ਵੱਡੇ ਵੱਡੇ ਸੁਪਨੇ ਦਿਖਾਏ ਜਾਂਦੇ ਨੇ ਲੇਕਿਨ ਬਾਅਦ ਵਿੱਚ ਗੇੜਾ ਤਾਂ ਕੋਈ ਨਹੀਂ ਮਾਰਦਾ। ਦੇਖੋ ਜੀ ਅੱਜ ਤੱਕ ਤਾਂ ਇਹੀ ਹੋਇਆ ਇੱਥੋਂ ਦੀ ਪਬਲਿਕ ਨੂੰ ਵੀ ਪਤਾ ਇੱਥੋਂ ਦੀ ਪ੍ਰੈਸ ਨੂੰ ਵੀ ਪਤਾ ਇੱਥੋਂ ਦੇ ਪ੍ਰਸ਼ਾਸਨ ਨੂੰ ਵੀ ਪਤਾ ਹੈ ਪਰ ਹੁਣ ਅਸੀਂ ਗੁਜ਼ਾਰਿਸ਼ ਕਰਦੇ ਹਾਂ ਕਿ ਅਸੀਂ ਜਿਹੜਾ ਇਹ ਆਪਣੀ ਦੁਨੀਆ ਭਗਤ ਸਿੰਘ ਰਾਜ ਦਰਬਾਰ ਚਲਾਇਆ ਹੈ ਔਰ ਉਹਦੀ ਕਮਾਂਡ ਦੇ ਹੇਠ ਜਿਹੜਾ ਅਸੀਂ ਜਿਹੜਾ ਪੋਲੀਟੀਕਲ ਵਿੰਗ ਤਿਆਰ ਕਰ ਰਹੇ ਹਾਂ ਉਹਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਨੌਜਵਾਨ ਨੇ ਉਹ MLA MP ਬਣਨ ਦੀ ਇੱਛਾ ਨਾਲ ਨਹੀਂ ਆ ਰਹੇ ਉਹ ਇਸ ਇੱਛਾ ਨਾਲ ਆ ਰਹੇ ਨੇ ਕਿ ਜਿਹੜੇ ਵੀ ਨੌਜਵਾਨ ਉਹ ਕੰਮ ਕਰਨਗੇ ਉਹ ਆਪਣੇ ਨਾਮ ਦੇ ਅੱਗੇ ਭਗਤ ਸਿੰਘ ਦਾ ਨਾਮ ਹੈ ਜਿਹੜਾ ਉਹ ਲਗਾਉਣਗੇ ਔਰ ਲੋਕਾਂ ਨੂੰ ਦੱਸਣਗੇ ਕਿ ਅੱਜ ਪੰਜਾਬ ਦੀ ਨਹੀਂ ਪੂਰੇ ਹਿੰਦੁਸਤਾਨ ਦੀ ਹਾਲਤ ਹੈ ਜਿਹੜੀ ਉਹ ਇੰਨੀ ਖਰਾਬ ਹੋ ਗਈ ਕਿ ਤੇ ਸਰਮਾਏਦਾਰਾਂ ਦਾ ਜਿਹੜਾ ਬੋਲਬਾਲਾ ਹੋ ਗਿਆ ਹੈ ਔਰ ਕਿਰਤੀ ਲੋਕ ਨੇ ਜਿਹੜੇ ਉਹ ਤਰ੍ਹਾਂ ਤਰ੍ਹਾਂ ਕਰ ਰਹੇ ਨੇ ਉਹਨਾਂ ਨੂੰ ਬਚਾਉਣ ਲਈ ਦੁਬਾਰਾ ਜਿਹੜੇ ਨੌਜਵਾਨ ਨੇ ਭਗਤ ਸਿੰਘ ਦੇ ਰੂਪ ਵਿੱਚ ਆ ਰਹੇ ਨੇ ਔਰ ਮੈਨੂੰ ਆਸ ਹੈ ਕਿ ਲੋਕ ਵੀ ਜਿਹੜਾ ਹੈ ਸਾਡੇ ਤੇ ਯਕੀਨ ਕਰਨਗੇ ਔਰ ਜਦੋਂ ਵੀ ਆਪਣੀ ਦੁਨੀਆ ਭਗਤ ਸਿੰਘ ਰਾਜ ਦਰਬਾਰ ਦਾ ਰਾਜ ਆਏਗਾ ਆਪਣੀ ਦੁਨੀਆ ਪਾਰਟੀ ਦਾ ਰਾਜ ਆਏਗਾ ਤਾਂ ਅਸੀਂ ਪਹਿਲ ਦੇ ਆਧਾਰ ਤੇ ਜ਼ਮੀਨ ਦੀ ਵੰਡ ਕਰਕੇ ਜਿਹੜਾ ਸਾਡੇ ਸੰਵਿਧਾਨ 'ਚ ਕਾਨੂੰਨ ਬਣਿਆ ਹੈ ਕਿ 17.5 ਕਿੱਲਿਆਂ ਤੋਂ ਵੱਧ ਕੋਈ ਵੀ ਜਿਹੜਾ ਬੰਦਾ ਹੈ ਉਹ ਕਾਨੂੰਨੀ ਤੌਰ ਤੇ ਜ਼ਮੀਨ ਨਹੀਂ ਰੱਖ ਸਕਦਾ ਉਹ ਜ਼ਮੀਨ ਲੈ ਕੇ ਜਿਹੜਾ ਹੈ ਅਸੀਂ ਲੋਕਾਂ ਦੇ ਵਿੱਚ ਵੰਡਾਂਗੇ ਔਰ ਸਾਰੇ ਲੋਕਾਂ ਨੂੰ ਜਿਹੜਾ ਖੁਸ਼ਹਾਲ ਕਰਨ ਦੀ ਗੱਲ ਕਰਾਂਗੇ ਇਹ ਸਾਡਾ ਪਹਿਲਾ ਏਜੰਡਾ ਹੋਏਗਾ ਜੀ। ਸਾਰੇ ਮਹਿਕਮਿਆਂ ਦੇ ਵਿੱਚ ਅੰਧਾ ਧੁੰਦ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਹੈ ਇਸ ਨੂੰ ਜੇ ਤੁਸੀਂ ਬਣ ਕੇ ਆਓਗੇ ਕਿ ਰੋਕ ਪਾਓਗੇ? ਦੇਖੋ ਜੀ ਜਿੰਨੇ ਵੀ ਆਫੀਸਰ ਕੰਮ ਕਰ ਰਹੇ ਨੇ ਅੱਜ ਤੱਕ ਜਿੰਨੀਆਂ ਪਿਛਲੀਆਂ ਸਰਕਾਰਾਂ ਆਈਆਂ ਨੇ ਉਹਨਾਂ ਨੇ ਆਫੀਸਰ ਨੂੰ ਦਬਾ ਕੇ ਰੱਖਿਆ ਹੈ ਉਹਨਾਂ ਨੂੰ ਟ੍ਰਾਂਸਫਰ ਦਾ ਡਰ ਦੇ ਕੇ ਜਾਂ ਫਿਰ ਜਿਹੜੇ ਨਹੀਂ ਝੁਕੇ ਜਾਂ ਕੁਝ ਲਾਲਚੀ ਅਫਸਰ ਹੁੰਦੇ ਉਹਨਾਂ ਨੂੰ ਆਪਣੇ ਨਾਲ ਰਲਾ ਲਿਆ ਔਰ ਆਪਣੀ ਮਨ ਮਰਜ਼ੀ ਦੇ ਆਫੀਸਰ ਭਾਵੇਂ ਉਹ BDO ਹੋਵੇ ਭਾਵੇਂ SH ਹੋਵੇ ਭਾਵੇਂ DC ਸਾਹਿਬ ਹੋਣ ਇੱਥੋਂ ਤੱਕ ਕਿ ਪੰਜਾਬ ਨੂੰ ਕੰਟਰੋਲ ਵਿੱਚ ਕਰਨ ਵਾਲੇ ਜਿਹੜੇ ਮਹਿਕਮਿਆਂ ਦੇ ਉੱਪਰ ਇਹਨਾਂ ਦੇ ਡਾਇਰੈਕਟਰ ਲਾਏ ਹੋਏ ਨੇ ਉਹ ਵੀ ਇਹਨਾਂ ਦੀਆਂ ਪਾਰਟੀਆਂ ਨਾਲ ਸੰਬੰਧਿਤ ਲੋਕ ਹੁੰਦੇ ਨੇ ਇਹਨਾਂ ਦੇ ਕਹਿਣੇ ਕਰਨੇ ਤੇ ਚੱਲਦੇ ਨੇ ਔਰ ਉਹ ਦਲਾਲ ਬਣ ਕੇ ਜਿਹੜਾ ਸਿਰਫ ਤੇ ਸਿਰਫ ਜਿਹੜੀ ਰਾਜਸੱਤਾ ਤੇ ਕਾਬਜ਼ ਧਿਰ ਹੁੰਦੀ ਹੈ ਉਹਦੀ ਗੁਲਾਮੀ ਕਰ ਰਹੇ ਹੁੰਦੇ ਨੇ ਔਰ ਥੱਲੇ ਲੋਕਾਂ ਨੂੰ ਥੋੜਾ ਬਹੁਤਾ ਜਿਹੜਾ ਮਾੜਾ ਮੋਟਾ ਐਵੇਂ ਲਾਰੇ ਲੱਪਿਆਂ ਵਿੱਚ ਰੱਖ ਕੇ ਔਰ ਵੱਡੇ ਕਪਲੇ ਨੇ ਜਿਹੜੇ ਇਹਨਾਂ ਸਾਰਿਆਂ ਨੇ ਰਲ ਕੇ ਕੀਤੇ ਹੋਏ ਨੇ ਸਭ ਤੋਂ ਪਹਿਲਾਂ ਇਹ ਸਿਸਟਮ ਨੂੰ ਬਦਲਣ ਦੀ ਲੋੜ ਹੈ ਕਿ ਜਦੋਂ ਵੀ ਕੋਈ ਰਾਜਸੱਤਾ ਤੇ ਸਰਕਾਰ ਆਉਂਦੀ ਹੈ ਜਿੰਨੇ ਕਰਪਟ ਅਫਸਰ ਉਹਨਾਂ ਦੀ ਲਿਸਟ ਵਿੱਚ ਹੋਣ ਉਹਨਾਂ ਤੇ ਐਕਸ਼ਨ ਕਰਦਿਆਂ ਉਹਨਾਂ ਨੂੰ ਜਿਹੜਾ ਨੌਕਰੀਆਂ ਤੋਂ ਬਰਖਾਸਤ ਕਰਕੇ ਉਹਨਾਂ ਦੀ ਥਾਂ ਤੇ ਨਵੀਂ ਭਰਤੀ ਕਰਨ ਦੀ ਲੋੜ ਹੁੰਦੀ ਹੈ ਪਰ ਇਹ ਜਿਹੜੇ ਲੋਕ ਆਏ ਨੇ ਭਾਵੇਂ ਉਹ ਅਕਾਲੀ ਦਲ ਵਾਲੇ ਹੋਣ ਭਾਵੇਂ BJP ਵਾਲੇ ਹੋਣ ਭਾਵੇਂ ਕਾਂਗਰਸ ਦੀ ਸਰਕਾਰ ਹੋਵੇ ਇਹਨਾਂ ਨੇ ਉਹਨਾਂ ਨਾਲ ਗਾਂਢੀਆਂ ਸਾਂਢੀਆਂ ਲਾ ਕੇ ਉਹਨਾਂ ਨੂੰ ਅਫਸਰਾਂ ਨੂੰ ਜਿਹੜੀਆਂ ਮੇਨ ਗੱਦੀਆਂ ਤੇ ਬਿਠਾਇਆ ਹੈ ਔਰ ਉਹਨਾਂ ਨੇ ਆਪ ਵੀ ਲੁੱਟ ਕੀਤੀ ਹੈ ਔਰ ਅਫਸਰਾਂ ਨੇ ਵੀ ਰਲ ਕੇ ਲੁੱਟ ਕੀਤੀ ਹੈ। ਪੰਜਾਬ ਦੇ ਵਿੱਚ ਇੰਨੀ ਗੰਦਗੀ ਹੈ ਕਿ ਕੋਈ ਵੀ ਅਫਸਰ ਨਸ਼ੇ ਦੇ ਖਿਲਾਫ ਜਿਹੜਾ ਬੋਲਣ ਲਈ ਤਿਆਰ ਨਹੀਂ ਹੈ। ਵੀਰ ਜੀ ਜਿਸ ਤਰ੍ਹਾਂ ਆਵਾਸ ਯੋਜਨਾ ਪ੍ਰਧਾਨ ਮੰਤਰੀ ਵੱਲੋਂ ਕਿਤੇ ਨਾ ਕਿਤੇ ਇੱਕ ਗਰੀਬ ਪਰਿਵਾਰ ਦੇ ਕੋਲੋਂ ਕਿਤੇ 10,000 ਰੁਪਇਆ ਲਿਆ ਜਾਂਦਾ ਹੈ ਕਿਤੇ 30,000 ਦੀ ਮੰਗ ਕੀਤੀ ਜਾਂਦੀ ਹੈ ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਦੇਖੋ ਜੀ ਬਹੁਤ ਹੀ ਇਹ ਮਾੜੀ ਗੱਲ ਹੈ ਕਿ ਇੱਕ ਆਫੀਸਰ ਜਿਹੜਾ ਲੱਖ ਲੱਖ ਰੁਪਈਆ ਮੰਥਲੀ ਜਿਹੜਾ ਉਹ ਤਨਖਾਹ ਲੈਂਦਾ ਹੈ 1.5 ਲੱਖ ਤੱਕ ਵੀ ਆਫੀਸਰ ਬੈਠੇ ਨੇ ਜਿਹੜੇ ਤਨਖਾਹਾਂ ਲੈ ਰਹੇ ਨੇ ਪਰ ਉਹ ਇੱਕ ਬੰਦੇ ਨੂੰ ਜਦੋਂ ਉਹਨਾਂ ਦੀ ਗ੍ਰਾਂਟ ਆਉਂਦੀ ਹੈ ਜੇ ਉਹ 1.5 ਲੱਖ ਰੁਪਈਆ ਮਕਾਨ ਲਈ ਆਉਂਦਾ ਹੈ ਤਾਂ ਫਿਰ ਉਹ ਆਪਦੇ ਥੱਲੇ ਸੈਕਟਰੀਆਂ ਨੂੰ ਇਹ ਗੱਲ ਕਹਿੰਦੇ ਨੇ ਕਿ ਤੁਸੀਂ ਸਰਪੰਚਾਂ ਨਾਲ ਜਿਹੜੀ ਗਾਂਢ ਸਾਂਢ ਕਰਕੇ ਘੱਟੋ ਘੱਟ ਆਪਾਂ 1 ਲੱਖ ਰੁਪਈਆ ਉਹਨਾਂ ਨੂੰ ਦੇਣਾ ਹੈ ਇੱਕ ਜਿਹੜਾ ਲਾਭਪਾਤਰੀ ਪਿੱਛੇ 50,000 ਰੁਪਇਆ ਇਕੱਠਾ ਕਰਦੇ ਨੇ ਤਾਂ ਇਹੀ ਹੈ ਭਗਵੰਤ ਮਾਨ ਜਿਹੜਾ ਕਹਿੰਦਾ ਵੀ ਮੈਂ ਕਰਪਸ਼ਨ ਮੁਕਤ ਕਰਨਾ ਹੈ ਰਿਸ਼ਵਤਖੋਰੀ ਬੰਦ ਕਰਨੀ ਹੈ ਔਰ ਮੈਂ ਕਹਿਣਾ ਚਾਹੁੰਦਾ ਕਿ ਹਿੰਦੁਸਤਾਨ ਦੀ ਹਾਲਤ ਤਾਂ ਇੰਨੀ ਜ਼ਿਆਦਾ ਵਿਗੜ ਗਈ ਹੈ ਕਿ ਜੱਜ ਫੈਸਲਾ ਕਰਦਾ ਕੁਰਸੀ ਤੇ ਬਹਿ ਕੇ ਔਰ ਜੱਜ ਤੋਂ ਇੱਕ ਕਦਮ ਦੂਰ ਬੈਠਾ ਉਹਦਾ ਰੀਡਰ ਹੈ ਜਿਹੜਾ ਲੋਕਾਂ ਕੋਲੋਂ 100-100 ਰੁਪਈਆ ਲੈ ਕੇ ਉਹਨਾਂ ਦੀਆਂ ਜਿਹੜੀਆਂ ਡੇਟ ਪਾਉਣੀ ਹੁੰਦੀ ਉਹਨਾਂ ਦੀ ਤਰੀਕ ਅਗਲੀ ਪਾਉਣੀ ਹੁੰਦੀ ਹੈ ਤਾਂ ਉਹ ਤਰੀਕਾਂ ਪਾ ਰਿਹਾ ਹੁੰਦਾ ਹੈ ਤਾਂ ਕਿੰਨੀ ਮੰਦਭਾਗੀ ਗੱਲ ਹੈ ਕਿ ਉਹ ਜੱਜ ਅੰਨਾ ਹੈ ਕਿ ਉਹਦੇ ਕੋਲ ਬੈਠਾ ਰੀਡਰ ਜਿਹੜਾ ਉਹ 100-100 ਰੁਪਈਆ ਲੋਕਾਂ ਕੋਲੋਂ ਰਿਸ਼ਵਤ ਲੈ ਰਿਹਾ ਤੇ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ। ਇਹ ਹੈ ਮੇਰੇ ਪੰਜਾਬ ਦੀ ਹਾਲਤ, ਇਹ ਮੇਰੇ ਦੇਸ਼ ਦੀ ਹਾਲਤ। ਪਰ ਅਸੀਂ ਇਹ ਚਾਹੁੰਦੇ ਹਾਂ, ਲੋਕਾਂ ਤੋਂ ਇਹ ਮੰਗ ਕਰਦੇ ਹਾਂ ਕਿ ਆਓ ਉਹ ਨੌਜਵਾਨ ਜਿਹੜੇ ਆਪਦੇ ਪੰਜਾਬ ਨੂੰ ਖੁਸ਼ਹਾਲ ਦੇਖਣਾ ਚਾਹੁੰਦੇ ਨੇ, ਜਿਹੜੇ ਸੱਚੀ ਸੁੱਚੀ ਰਾਜਨੀਤੀ ਕਰਨਾ ਚਾਹੁੰਦੇ ਨੇ, ਜਿਹਨਾਂ ਨੂੰ ਸੱਚਮੁੱਚ ਲੱਗਦਾ ਹੈ
के भगत सिंह की कुरबानी का मुल पैना चाहिए है। वह नौजवान साडा साथ देन, आपां मुड़ के पंजाब दे विच कुरबानियां भी देंगे और पंजाब नूं खुशहाल भी बनावांगे। वीर जी एक आखिरी सवाल है, जिस तरह पिछे जे सरपंचां ने एक वीडियो जारी की सी मंदोड़ तों इकट्ठे होकर, उन्होंने ये गल कही भी वीडियो साढ़े कोल पैसे मंगदा है, सारी ये सोशल मीडिया से वीडियो चढ़ गई सी, उहदे बारे तुहाडा की कहना? देखो जी जिहड़े वीडियो ने पैसे मंगे ने, और मैं उन्होंने सरपंचां नूं बेनती करना चाहुंदा सी कि घट्टो घट वह डीसी लेवल के दफ्तर से एक इहोजा प्रदर्शन कर दे। सिर्फ गल्लां बातां नाल कुछ नहीं हुंदा, कई वारी असीं किसी की कंप्लेंट कर दिंदे आ, वह जबानी कलामी हुंदी है, रिटन दे विच नहीं हुंदी। और कई वारी असीं रिटन दे विच ओह कंप्लेंट कर दिंदे आ, और जिहड़े उपरले भी अफसर हुंदे ने उन्हां दा भी उन्हां नाल गांडा सांडा हुंदा है, फिर असीं उहदे ते एक्शन नहीं करदे, और जिहड़ा वह मामला उत्थे ही दबिया जांदा। जिवें पहलां वाला मसला जिहड़ी तुसीं गल कर रहे हो यह दबिया गया। मैं अज भी उन्हां सरपंचां पंचां नूं बेनती करांगा कि तुहाडे कोल कोई भी ऑफिसर एक रुपया भी रिश्वत का मंगता है, ਤੁਸੀਂ ਸਾਡੇ ਨਾਲ ਕੰਟੈਕਟ ਕਰੋ, ਅਸੀਂ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਉਹਨਾਂ ਅਫਸਰਾਂ ਨੂੰ ਡਿਸਮਿਸ ਕਰਾਉਣ ਤੱਕ ਜਾਵਾਂਗੇ, ਇਕੱਲੇ ਸਸਪੈਂਡ ਕਰਾਉਣ ਦੀ ਗੱਲ ਨਹੀਂ ਕਰਾਂਗੇ। ਕਿਉਂਕਿ ਜਿੰਨੀ ਦੇਰ ਤੱਕ ਜਿਹੜਾ ਚੋਰ ਹੈ ਉਹਨੂੰ ਚੋਰੀ ਤੋਂ ਮਾਰਿਆ ਨਹੀਂ ਜਾਂਦਾ, ਉਨੀ ਦੇਰ ਤੱਕ ਉਹ ਚੋਰੀ ਕਰਨ ਦੀ ਆਦਤ ਨਹੀਂ ਛੱਡਦਾ। ਸੋ ਜਿਹੜਾ ਸਾਡੇ ਪੰਜਾਬ ਦੀ ਸਥਿਤੀ ਹੈ, ਲੋਕ ਇੰਨੇ ਜ਼ਿਆਦਾ ਕਰਪਟ ਹੋ ਗਏ ਅਫਸਰ ਕਿ ਇਹਨਾਂ ਨੂੰ ਇੱਕ ਦੋ ਵਾਰੀ ਫਸਾ ਦਿਓ, ਫਿਰ ਵੀ ਆਪਦੀਆਂ ਆਦਤਾਂ ਨੇ ਜਿਹੜੀਆਂ ਉਹਨਾਂ ਨੂੰ ਨਹੀਂ ਛੱਡਦੇ। ਸੋ ਇਸ ਕਰਕੇ ਬੇਨਤੀ ਕਰਾਂਗੇ ਕਿ ਆਓ, ਜਿਵੇਂ ਤੁਸੀਂ ਭਗਵੰਤ ਮਾਨ ਤੇ ਵਿਸ਼ਵਾਸ ਕਰਕੇ ਬਣਾਇਆ ਹੈ, ਸਾਢੇ ਚਾਰ ਸਾਲ ਅਜੇ ਪਏ ਨੇ, ਆਪਾਂ ਭਗਵੰਤ ਮਾਨ ਨੂੰ ਵੀ ਕਹਾਂਗੇ ਵੀ ਭਾਈ ਇਹ ਸਿਸਟਮ ਨੂੰ ਸੈੱਟ ਕਰਨ ਦੇ ਵਿੱਚ ਜਿਹੜਾ ਹੈ ਤੇਰੇ ਹੱਥ 'ਚ ਸਰਕਾਰ ਹੈ, ਤੂੰ ਰਾਜ ਸੱਤਾ ਤੇ ਬੈਠਾ, ਤੂੰ ਰਾਜਾ ਹੈ ਪੰਜਾਬ ਦਾ, ਇਹਨੂੰ ਠੀਕ ਕਰ, ਜੇ ਉਹ ਪਾਸੇ ਭੱਜੇਗਾ ਤੇ ਰਲ ਮਿਲ ਕੇ ਇਹਨੂੰ ਆਪਾਂ ਠੀਕ ਕਰਾਂਗੇ, ਔਰ ਇੱਕ ਜੋਸ਼ ਦੇ ਨਾਲ, ਇੱਕ ਹੋਸ਼ ਦੇ ਨਾਲ, ਔਰ ਭਗਤ ਸਿੰਘ ਦੀ ਵਿਚਾਰਧਾਰਾ ਦੇ ਨਾਲ ਆਪਾਂ ਸਮਾਜ ਨੂੰ ਠੀਕ ਕਰੀਏ। ਧੰਨਵਾਦ ਵੀਰ ਜੀ। ਦਰਸ਼ਕੋ ਤੁਸੀਂ ਵੇਖ ਰਹੇ ਸੀ ਛਾਂਗਾ ਖੁਰਦ ਮੰਦੋਟ ਇਲਾਕਾ ਫਿਰੋਜ਼ਪੁਰ ਦੇ ਵਿੱਚੋਂ ਆਪਣੀ ਪਾਰਟੀ ਪੰਜਾਬ ਦੇ ਜਿਹੜੇ ਆਗੂ ਕਾਰ ਨੇ ਸਾਡੇ ਪਿੱਛੇ ਖੜੇ ਨੇ ਨਾਲ, ਜਿਨ੍ਹਾਂ ਦਾ ਨਾਮ ਹੈ ਚਰਨਦਾਸ ਲਾਲੀ, ਜਿਹੜੇ ਇੱਕ ਗੱਲ ਕਹਿ ਰਹੇ ਨੇ ਵੀ ਅਸੀਂ ਨਾਮ ਆਪਦਾ ਚੇਂਜ ਕਰਕੇ ਬਦਲ ਕੇ ਭਗਤ ਸਿੰਘ ਲਾਲੀ ਰੱਖਣਾ ਚਾਹੁੰਦੇ ਹਾਂ, ਕਿਉਂਕਿ ਭਗਤ ਸਿੰਘ ਦੇ ਸੁਪਨਿਆਂ ਦਾ ਅਸੀਂ ਰਾਜ ਲੈ ਕੇ ਆਉਣਾ, ਨਸ਼ਾ ਮੁਕਤ, ਭ੍ਰਿਸ਼ਟਾਚਾਰ, ਜੋ ਠੱਗੀ ਚੋਰੀ ਹੈ ਉਸਨੂੰ ਖਤਮ ਕਰਾਂਗੇ। ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।